ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼। ਹਰੀਕੇ ਪੱਤਣ ਨੇ ਲੋਕ ਕੀਤੇ ਬੇਘਰ, ਛੋਟੇ ਛੋਟੇ ਬੱਚਿਆਂ ਤੇ ਬਿਮਾਰ ਬਜ਼ੁਰਗਾਂ ਨਾਲ ਪਰਿਵਾਰ ਖਾ ਰਹੇ ਦਰ ਦਰ ਦੀਆਂ ਠੋਕਰਾਂ। ਸਰਕਾਰ ਵੱਲੋਂ ਨਹੀਂ ਕੀਤੀ ਗਈ ਕੋਈ ਸਹਾਇਤਾ। ਤੁਹਾਨੂੰ ਦੱਸ ਦਈਏ ਕਿ ਹਰੀਕੇ ਪੱਤਣ ਵਾਲਾ ਬੰਨ ਟੁੱਟਣ ਤੋਂ ਬਾਅਦ ਲੋਕ ਘਰਾਂ ਵਿੱਚ ਫਸੇ ਹੋਏ ਹਨ। ਬੱਚਿਆਂ ਵੱਲੋਂ ਰੋ ਰੋ ਕਿਹਾ ਜਾ ਰਿਹਾ ਹੈ ਕਿ ਸਾਨੂੰ ਇੱਥੋਂ ਕੱਢ ਲਵੋ, ਕਿਉਂਕਿ ਪਾਣੀ ਇੰਨੀ ਤੇਜ਼ ਆਇਆ ਕਿ ਲੋਕਾਂ ਨੂੰ ਘਰਾਂ ਵਿੱਚੋਂ ਵੀ ਨਿਕਲਣ ਦਾ ਨਹੀਂ ਲੱਗਿਆ ਟਾਈਮ। ਸਾਨੂੰ ਪ੍ਰਸ਼ਾਸਨ ਨਹੀਂ ਅੱਜ ਚਾਹੀਦਾ, ਗੱਡੀ ਸਾਡੀ ਤਬਾਹ ਹੋ ਗਈ, ਅੱਜ ਡੰਗਰ ਸਾਡੇ ਬਿਲਕੁਲ ਭੁੱਖੇ ਕਰੇ ਨੇ ਪਾਣੀ ਦੇ ਵਿੱਚ। ਡੰਗਰਾਂ ਨੂੰ ਵਿਚਾਰਿਆਂ ਨੂੰ ਬਚਾ ਲੋ, ਸਾਨੂੰ ਨਾ ਬਚਾਵਾ, ਬੇਜਵਾਨ ਪਸ਼ੂਆਂ ਨੂੰ ਤਾਂ ਬਚਾ ਲੋ। ਉਹ ਵੋਟਾਂ ਲੈਣ ਆ ਜਾਂਦੇ ਹੋ ਪ੍ਰਸ਼ਾਸਨ ਵਾਲੇ, ਉਹ ਭੁੱਖੇ ਹੋ ਬੰਦੇ ਹੋ ਤੁਸੀਂ। ਛੋਟੇ ਛੋਟੇ ਬੱਚੇ ਰੋਂਦੇ ਸੀ, ਸਾਨੂੰ ਲੈ ਕੇ ਚੱਲੋ, ਕਿਵੇਂ ਤੇ ਲੈ ਕੇ ਆਈਏ, ਤੈਰ ਕੇ ਲਿਆਈਏ, ਜਵਾਕ ਡੁੱਬਣੇ ਆ, ਉਹਨਾਂ ਵਿਚਾਰਿਆਂ ਨੂੰ ਉੱਥੇ ਬਿਠਾ ਕੇ ਆਏ ਆ। ਅੱਜ ਅਸੀਂ ਟੂਪਾਂ ਲਿਆਂਦੀਆਂ, ਆਪਦੇ ਕੋਲੋਂ ਪੈਸੇ ਭਰ ਕੇ ਟੂਪਾਂ ਲਿਆਂਦੀਆਂ, ਪ੍ਰਸ਼ਾਸਨ ਨੇ ਕੋਈ ਸਹਾਇਤਾ ਨਹੀਂ। ਸੋ ਜੇਕਰ ਭਾਖੜਾ ਟਾਈਮ ਚੋਂ ਇੱਕੋ ਟਾਈਮ ਇੰਨਾ ਪਾਣੀ ਛੱਡਣ ਦੀ ਬਜਾਏ ਜੇਕਰ ਥੋੜਾ ਥੋੜਾ ਛੱਡਿਆ ਜਾਂਦਾ ਤਾਂ ਇਹ ਲੋਕਾਂ ਨੂੰ ਅੱਜ ਇਹੋ ਜਿਹੇ ਹਾਲਾਤ ਨਾ ਦੇਖਣੇ ਪੈਂਦੇ। ਸੋ ਤੁਹਾਡੀ ਇਸ ਬਾਰੇ ਕੀ ਪ੍ਰਤੀਕਿਰਿਆ ਹੈ ਕਮੈਂਟਾਂ ਵਿੱਚ ਜ਼ਰੂਰ ਦਿਓ, ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹਰ ਇੱਕ ਤੱਕ ਪਹੁੰਚਦੀ ਜ਼ਰੂਰ ਕਰਿਓ। ਹੋਰ ਨਵੀਂ ਜਾਣਕਾਰੀ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।